ਲੋਕ ਸਭਾ ਚੋਣਾਂ ਦਾ ਲੋਕਾਂ 'ਚ ਕਾਫ਼ੀ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ। ਜਿੱਥੇ ਆਮ ਜਨਤਾ ਦੇ ਉਮੀਦਵਾਰ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ, ਉੱਥੇ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਰਹੇ। ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵੀ ਪੈਰਾਗੋਨ ਸਕੂਲ ਵਿੱਚ ਹੀ ਵੋਟ ਪਾਈ। ਇਸ ਨਾਲ ਹੀ ਲੋਕਾਂ ਨੂੰ ਅਦਾਕਾਰ ਨੇ ਅਪੀਲ ਕੀਤੀ ਅਤੇ ਕੀ ਕਿਹਾ ਤੁਸੀਂ ਵੀ ਸੁਣੋ। ਲੇਕਿਨ ਇਹ ਅੱਜ ਸੀ ਕਿ ਬਹੁਤ ਜ਼ਰੂਰੀ ਅਹਿਮ ਕੰਮ, ਸਵੇਰੇ ਸਵੇਰੇ ਜਦ ਚਾਹ ਪੀ ਕੇ ਬਸ ਪਹਿਲਾ ਕੰਮ ਇਹ ਕਰਨਾ ਕਿ ਵੋਟ ਪਾਉਣ ਜਾਣਾ। ਮੇਰਾ ਖਿਆਲ ਹੈ ਕਿ ਡੈਮੋਕ੍ਰੇਸੀ ਦੇ ਲਈ, ਇੱਕ ਸਟਰੋਂਗ ਡੈਮੋਕ੍ਰੇਸੀ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਸਾਰੇ ਬਾਹਰ ਘਰਾਂ 'ਚੋਂ ਨਿਕਲ ਕੇ ਆਈਏ ਅਤੇ ਵੋਟ ਜ਼ਰੂਰ ਕਰੀਏ ਜੀ। ਜਿਸ ਵੀ ਆਪਣੇ ਕੈਂਡੀਡੇਟ ਨੂੰ, ਜਿਸ ਵੀ ਪਾਰਟੀ ਨੂੰ ਤੁਸੀਂ ਸਪੋਰਟ ਕਰਨਾ, ਉਹਦੇ ਲਈ ਜ਼ਰੂਰੀ ਆ, ਡੈਮੋਕ੍ਰੇਸੀ ਲਈ ਜ਼ਰੂਰੀ ਆ ਕਿ ਅਸੀਂ ਸਾਰੇ ਜ਼ਰੂਰ ਵੋਟ ਕਰੀਏ ਜੀ। ਉੱਥੇ ਪੰਜਾਬੀ ਗਾਇਕ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਵੀ ਆਪਣੇ ਪਿੰਡ ਕੂਮ ਖੁਰਦ ਵਿਖੇ ਵੋਟ ਪਾਈ। ਦੱਸ ਦੇ ਕੇ ਸਤਵਿੰਦਰ ਕੌਰ ਬਿੱਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇੰਚਾਰਜ ਅਤੇ ਕਾਂਗਰਸ ਆਗੂ ਵੀ ਹੈ। ਦੱਸ ਦੇ ਕੇ ਪੰਜਾਬ ਦੇ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਜਿੱਥੇ ਆਮ ਜਨਤਾ ਦੇ ਉਮੀਦਵਾਰ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਨੇ, ਤਾਂ ਉੱਥੇ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਸਰਦਾਰ ਸੋਹੀ ਨੇ ਵੀ ਵੋਟ ਪਾਈ ਅਤੇ ਉਹਨਾਂ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ। ਅਤੇ ਨਾਲ ਹੀ ਪੰਜਾਬੀ ਸਿੰਗਰ ਯੁਵਰਾਜ ਹੰਸ ਵੀ ਵੋਟ ਪਾਉਣ ਪਹੁੰਚੇ ਅਤੇ ਉੱਥੇ ਉਹਨਾਂ ਦੇ ਪਿਤਾ ਹੰਸਰਾਜ ਹੰਸ ਨੇ ਵੀ ਵੋਟ ਪਾਈ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕੀ ਕਿਹਾ ਤੁਸੀਂ ਵੀ ਸੁਣੋ। ਬੀਂਗ ਯੂਥ ਮੈਂ ਇਹੀ ਕਹੂੰਗਾ ਜੀ ਕਿ ਸਾਰੇ ਜਣੇ ਆਓ, ਵੋਟ ਜ਼ਰੂਰ ਪਾਓ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਜਦੋਂ ਅਸੀਂ ਆਏ ਸੀਗੇ ਉਦੋਂ ਕੋਈ ਇੱਥੇ ਸੀਗਾ ਨਹੀਂ, ਮੈਂ ਤਾਂ ਪਾਪਾ ਹੀ ਸੀਗੇ। ਸੋ ਆਪਾਂ ਘਰ ਬੈਠੇ ਫੇਸਬੁੱਕ 'ਤੇ ਤਾਂ ਪਾ ਦਿੰਦੇ ਬਹੁਤ ਕੁਛ ਸਟੇਟਸ ਜਾਂ ਇੱਦਾਂ, ਬਾਹਰ ਵੀ ਨਿਕਲੋ, ਵੋਟ ਪਾਓ, ਵੋਟ ਬਹੁਤ ਜ਼ਰੂਰੀ ਆ। ਇੱਕ ਇੱਕ ਵੋਟ ਕੀਮਤੀ ਆ, ਉਹਦੇ ਨਾਲ ਡਿਸਾਈਡ ਹੁੰਦਾ ਜੀ ਤੁਹਾਡੀ ਸਰਕਾਰ ਬਣਨੀ ਹੈ ਕਿ ਨਹੀਂ ਬਣਨੀ। ਸੋ ਸਾਰੇ ਜਣੇ ਪਲੀਜ਼, ਜਿੱਦਾਂ ਮੈਂ ਅੱਗੇ ਕਿਹਾ, ਯੂਥ ਨੂੰ ਸਪੈਸ਼ਲੀ ਕਹਿ ਰਿਹਾ, ਸਾਰੇ ਜਣੇ ਨਿਕਲੋ, ਗਰਮੀ ਦੀ ਪਰਵਾਹ ਨਾ ਕਰੋ, ਇੰਨੀ ਨਹੀਂ ਲੱਗ ਰਹੀ, ਹਵਾ ਵੀ ਸੋਹਣੀ ਸੋਹਣੀ ਚੱਲ ਰਹੀ ਆ, ਸਾਰੇ ਜਣੇ ਉਹ ਵੋਟ ਪਾਓ। ਅਤੇ 3 ਨਾਭਾ ਬਲੋਕ ਦੇ ਪਿੰਡ ਦੋਧਾ ਵਿੱਚ ਪ੍ਰਸਿੱਧ ਗੀਤਕਾਰ ਹਰਜੀਤ ਹਰਮਨ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ। ਦੱਸ ਦੇ ਕੇ ਲੋਕ ਸਭਾ ਚੋਣ 7ਵੇਂ ਗੇੜ ਦੀ 59 ਸੀਟਾਂ ਦੇ ਮਤਦਾਨ ਸ਼ੁਰੂ ਹੋ ਗਿਆ ਅਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਵੋਟ ਪਾਉਣ ਲਈ ਲੋਕ ਸਵੇਰ ਤੋਂ ਹੀ ਲੰਬੀਆਂ ਲਾਈਨਾਂ 'ਚ ਲੱਗੇ ਹੋਏ ਨੇ। ਤਾਂ ਉੱਥੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਆਪਣੀ ਪਤਨੀ ਨਾਲ ਵੋਟ ਪਾਉਣ ਪਹੁੰਚੇ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕੀ ਕਿਹਾ ਉਹਨਾਂ ਨੇ ਲੋਕਾਂ ਨੂੰ, ਤੁਸੀਂ ਵੀ ਸੁਣੋ। ਵੋਟਾਂ ਪੈ ਰਹੀਆਂ ਨੇ, ਸੋ ਅਸੀਂ ਵੀ ਉਹੀ ਕਰਤੱਵ ਨਿਭਾਉਣ ਲਈ ਇੱਥੇ ਪਹੁੰਚੇ ਹਾਂ। ਜਿਹੜਾ ਸਾਡਾ ਰਾਈਟ ਹੈ, ਵੋਟ ਦਾ ਅਧਿਕਾਰ ਆ, ਇਹ ਸਾਨੂੰ ਇਸਤੇਮਾਲ ਕਰਨਾ ਚਾਹੀਦਾ। ਕੋਈ ਵੀ ਵੋਟ ਵੇਖਣ ਨਹੀਂ ਜਾਣੀ ਚਾਹੀਦੀ, ਘਰ ਬੈਠ ਕੇ ਅਸੀਂ ਟਾਈਮ ਵਿਅਰਥ ਕਰਨਾ ਕਰੀਏ, ਵੋਟ ਪਾਉਣ ਆਈਏ, ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣੀਏ ਔਰ ਇੱਕ ਐਸੇ ਇਨਸਾਨ ਦੇ ਹੱਥ ਅਸੀਂ ਵਾਗਡੋਰ ਫੜਾਉਣੀ ਆ ਅਗਲੇ 5 ਸਾਲ ਲਈ ਕਿ ਸਾਡਾ ਦੇਸ਼ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।